ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਧੰਨ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਅਤੇ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਦੇ ਨਾਲ ਠੀਕ ਠਾਕ ਹੋਵੋਗੇ। ਅਤੇ ਆਪਾਂ ਤੁਹਾਡੇ ਨਾਲ ਇਸ ਚੈਨਲ ਦੇ ਜ਼ਰੀਏ ਸੱਚੀਆਂ ਘਟਨਾਵਾਂ ਸਾਂਝੀਆਂ ਕਰਦੇ ਹਾਂ। ਤਾਂ ਅੱਜ ਜਿਹੜੀ ਘਟਨਾ ਆਪਾਂ ਤੁਹਾਡੇ ਨਾਲ ਸਾਂਝੀ ਕਰਨੀ ਹੈ ਉਹ ਇੱਕ ਭੈਣ ਦੀ ਹੱਡ ਬੀਤੀ ਹੈ। ਅਤੇ ਉਹ ਹੈਰਾਨ ਹੋ ਜੂੰਗੇ ਤੁਸੀਂ ਇਸ ਘਟਨਾ ਨੂੰ ਸੁਣ ਕੇ ਕਿ ਕੋਈ ਸੱਸ ਇਸ ਤਰ੍ਹਾਂ ਵੀ ਕਰ ਸਕਦੀ ਹੈ, ਜਾਂ ਫਿਰ ਕੋਈ ਪਿਛਲੇ ਜਨਮ ਦਾ ਲੈਣਾ ਦੇਣਾ ਸੀ ਜਾਂ ਕੀ ਸੀਗਾ, ਇਹਦੇ ਬਾਰੇ ਆਪਾਂ ਗੱਲ ਕਰਾਂਗੇ। ਅਤੇ ਇਹਦੇ ਵਿੱਚ ਇਹੀ ਹੈ ਕਿ ਜੋ ਆਪਾਂ ਬੀਜ ਬੀਜਦੇ ਹਾਂ ਉਹ ਤਾਂ ਵੱਢਣਾ ਹੀ ਪੈਂਦਾ ਹੈ। ਜੇ ਆਪਾਂ ਕਿਸੇ ਨਾਲ ਚੰਗਾ ਕਰਦੇ ਹਾਂ ਤਾਂ ਆਪਣੇ ਨਾਲ ਵੀ ਚੰਗਾ ਹੁੰਦਾ, ਅਤੇ ਜੇ ਕਿਸੇ ਨਾਲ ਮਾੜਾ ਕਰਾਂਗੇ ਤਾਂ ਆਪਣੇ ਨਾਲ ਵੀ ਮਾੜਾ ਹੁੰਦਾ ਹੈ। ਅਤੇ ਬਾਕੀ ਅੰਮ੍ਰਿਤ ਵੇਲੇ ਹਾਜ਼ਰੀ ਜ਼ਰੂਰ ਭਰਨੀ ਚਾਹੀਦੀ ਹੈ। ਅੰਮ੍ਰਿਤ ਵੇਲੇ ਪਾਤਸ਼ਾਹ ਹਾਜ਼ਰ ਨਾਜ਼ਰ ਹੁੰਦੇ, ਤੁਸੀਂ ਥੋੜ੍ਹੀ ਜਿਹੀ ਬਾਂਹ ਉਹਨਾਂ ਦੇ ਵੱਲ ਕਰ ਲਵੋ, ਉਹਨਾਂ ਨੇ ਆਪਣੀਆਂ ਦੋਹੇ ਬਾਹਾਂ ਦੇ ਤੁਹਾਡੇ ਸਿਰ 'ਤੇ ਰੱਖ ਦੇਣੀਆਂ। ਅਤੇ ਇਸ ਲਈ ਅੰਮ੍ਰਿਤ ਵੇਲੇ ਉੱਠਣ ਦਾ ਨਿਯਮ ਬਣਾਉਣਾ ਬਹੁਤ ਜ਼ਰੂਰੀ ਹੈ। ਦਿਨਾਂ ਦੇ ਵਿੱਚ ਤੁਹਾਡੇ ਚਿਹਰੇ 'ਤੇ ਇੰਨਾ ਤੇਜ਼ ਪ੍ਰਕਾਸ਼ ਆਊਗਾ ਕਿ ਤੁਸੀਂ ਲੱਖਾਂ ਦੇ ਵਿੱਚੋਂ ਖੜ੍ਹੇ ਇਕੱਲੇ ਸੋਹਣੇ ਲੱਗੋਗੇ, ਅਤੇ ਤੁਹਾਡੇ ਪ੍ਰਤਾਪ ਵੱਲ ਹਰ ਕੋਈ ਖਿੱਚਿਆ ਆਵੇਗਾ। ਹਰ ਕੰਮ ਪਰਮਾਤਮਾ ਆਪ ਕਰਵਾਉਣਗੇ, ਤੁਹਾਡਾ ਹਰ ਕੰਮ ਮੁਕੰਮਲ ਹੋਵੇਗਾ, ਅਤੇ ਤੁਹਾਨੂੰ ਪਤਾ ਵੀ ਨਹੀਂ ਲੱਗਣਾ ਕਿ ਕਿਸ ਤਰ੍ਹਾਂ ਕੰਮ ਹੋ ਰਹੇ ਨੇ। ਅਤੇ ਜਿਹੜੀ ਆਪਾਂ ਤੁਹਾਡੇ ਨਾਲ ਅੱਜ ਘਟਨਾ ਸਾਂਝੀ ਕਰਨੀ ਹੈ ਉਹ ਇੱਕ ਭੈਣ ਦੀ ਹੈ। ਅਤੇ ਉਹ ਭੈਣ ਦੱਸਦੇ ਨੇ ਵੀ ਉਹ ਠੀਕ ਠਾਕ ਪਰਿਵਾਰ ਦੇ ਵਿੱਚੋਂ ਸੀਗੇ ਵੀ, ਅਤੇ ਉਹਨਾਂ ਦੇ ਜਿਹੜੇ ਮਾਂ ਬਾਪ ਨੇ ਉਹ ਘਰ ਦਾ ਕੰਮ ਹੀ ਕਰਦੇ ਸੀਗੇ, ਅਤੇ ਫਾਦਰ ਸਾਹਿਬ ਸੀ ਜਿਹੜੇ ਉਹਨਾਂ ਦੀ ਡੈਰੀ ਸੀਗੀ। ਅਤੇ ਬਾਕੀ ਕਹਿੰਦੇ ਵੀ ਘਰ ਬਾਰ ਠੀਕ ਠਾਕ ਸੀਗਾ ਅਤੇ ਵਧੀਆ ਚੱਲ ਰਿਹਾ ਸੀ ਸਾਰਾ ਕੁਛ। ਅਤੇ ਕਹਿੰਦੇ ਮੈਨੂੰ ਇੱਕ ਰਿਸ਼ਤਾ ਆਇਆ, ਅਤੇ ਜਦੋਂ ਉਹ ਰਿਸ਼ਤੇ ਵਾਲੇ ਦੇਖਣ ਆਏ ਤਾਂ ਕਹਿੰਦੇ ਜਿਹੜਾ ਲੜਕਾ ਸੀਗਾ ਉਹਨੇ ਮੈਨੂੰ ਇੱਕੋ ਹੀ ਗੱਲ ਮਤਲਬ ਕਹੀ, ਜਦੋਂ ਸਾਰਾ ਕੁਛ ਪੁੱਛ ਗਿੱਛ ਕਰਨ ਤੋਂ ਬਾਅਦ ਹੀ ਉਹ ਆਏ ਸੀਗੇ ਜਦੋਂ ਸ਼ਗਨ ਪਾਉਣਾ ਸੀਗਾ। ਅਤੇ ਕਹਿੰਦੇ ਉਹਨਾਂ ਨੇ ਮੇਰੇ ਨਾਲ ਵੀ ਇੱਕ ਗੱਲ ਕਰਨੀ ਚਾਹੀ, ਤਾਂ ਉਹਨਾਂ ਨੇ ਮੈਨੂੰ ਇੱਕੋ ਹੀ ਗੱਲ ਕਹੀ ਕਿ ਦੇਖੋ ਵੀ ਮੇਰੇ ਮਾਤਾ ਜੀ ਨੂੰ ਕਾਫੀ ਜ਼ਿਆਦਾ ਪ੍ਰੋਬਲਮਸ ਨੇ, ਵੀ ਉਹਨਾਂ ਨੂੰ ਮਲਟੀਪਲ ਪ੍ਰੋਬਲਮਸ ਨੇ, ਵੀ ਉਹਨਾਂ ਨੂੰ ਸਾਹ ਦੀ ਵੀ ਪ੍ਰੋਬਲਮ ਆ, ਸ਼ੂਗਰ ਵੀ ਹੈ ਅਤੇ ਬਲੱਡ ਪ੍ਰੈਸ਼ਰ ਦੀ ਵੀ ਪ੍ਰੋਬਲਮ ਆ, ਅਤੇ ਉਹ ਉੱਠਿਆ ਵੀ ਨਹੀਂ ਉਹਨਾਂ ਤੋਂ ਜਾਂਦਾ, ਜ਼ਿਆਦਾ ਕੰਮ ਉਹ ਕਰ ਨਹੀਂ ਸਕਦੇ, ਬੈੱਡ ਰੈਸਟ 'ਤੇ ਨੇ, ਵੀ ਜੇ ਤੁਸੀਂ ਮੇਰੇ ਮਾਤਾ ਜੀ ਦੀ ਸੇਵਾ ਕਰ ਲਉਂਗੇ ਤਾਂ ਤੁਸੀਂ ਰਿਸ਼ਤੇ ਲਈ ਹਾਂ ਕਹਿ ਦਿਉ, ਵੀ ਨਹੀਂ ਤੁਸੀਂ ਨਾ ਵੀ ਕਰ ਸਕਦੇ ਹੋ, ਵੀ ਮੈਨੂੰ ਕੋਈ ਦਿੱਕਤ ਨਹੀਂ ਹੈਗੀ, ਪਰ ਵੀ ਮੈਂ ਵਿਆਹ ਉੱਥੇ ਕਰਾਉਣਾ ਵੀ ਜਿਹੜੀ ਕੁੜੀ ਮੇਰੇ ਮਾਤਾ ਜੀ ਦੀ ਮਤਲਬ ਸੇਵਾ ਕਰੂਗੀ। ਤਾਂ ਉਹ ਲੜਕੀ ਕਹਿੰਦੀ ਹੈ, ਕਹਿੰਦੀ ਵੀ ਮੈਂ ਬਿਨਾਂ ਕੁਛ ਵੀ ਸੋਚੇ ਉਹਨਾਂ ਨੂੰ ਕਹਿ ਦਿੱਤਾ ਵੀ ਕੋਈ ਗੱਲ ਨਹੀਂ ਮੈਂ ਕਰ ਲੂੰਗੀ ਸੇਵਾ। ਬਾਕੀ ਕਹਿੰਦੀ ਮੈਨੂੰ ਬਜ਼ੁਰਗਾਂ ਨਾਲ ਪਿਆਰ ਬੜਾ ਸੀ, ਜਿੱਦਾਂ ਇੱਧਰ ਮੇਰੇ ਦਾਦਾ ਦਾਦੀ ਜੀ ਸੀਗੇ, ਮੇਰੇ ਮੰਮੀ ਡੈਡੀ ਉਹਨਾਂ ਦਾ ਇੰਨਾ ਨਹੀਂ ਸੀ ਕਰਦੇ ਜਿੰਨਾ ਉਹਨਾਂ ਦਾ ਮੈਂ ਕਰਦੀ ਸੀ। ਕਹਿੰਦੀ ਵੀ ਮੈਨੂੰ ਇਹ ਹੁੰਦਾ ਸੀ ਵੀ ਉਹਨਾਂ ਨੂੰ ਕੋਈ ਤਕਲੀਫ ਨਾ ਹੋ ਜਾਵੇ, ਅਤੇ ਕਹਿੰਦੀ ਵੀ ਮੈਂ ਉਹਨਾਂ ਨੂੰ ਹਾਂ ਕਹਿ ਦਿੱਤੀ, ਅਤੇ ਮੈਂ ਸੋਚਿਆ ਵੀ ਚਲੋ ਇਹ ਤਾਂ ਇੱਕ ਸੇਵਾ ਹੀ ਹੈ, ਅਤੇ ਬਾਕੀ ਕਹਿੰਦੀ ਮੈਂ ਗੁਰਬਾਣੀ ਦੇ ਨਾਲ ਜੁੜੀ ਹੋਈ ਸੀ ਅਤੇ ਮੈਂ ਰੋਜ਼ਾਨਾ ਕਥਾ ਵਿਚਾਰ ਸੁਣਦੀ ਹੁੰਦੀ ਸੀ, ਅਤੇ ਵੀ ਉਹਦੇ ਵਿੱਚ ਵੀ ਮਤਲਬ ਮੈਨੂੰ ਇਹੀ ਸਿੱਖਿਆ ਮਿਲਦੀ ਸੀਗੀ ਵੀ ਬਜ਼ੁਰਗਾਂ ਦੀ ਸੇਵਾ ਕਰਨੀ ਬਹੁਤ ਜ਼ਿਆਦਾ ਵਧੀਆ ਗੱਲ ਹੈ, ਵੀ ਇਹਦਾ ਫਲ ਬਹੁਤ ਵਧੀਆ ਮਿਲਦਾ। ਅਤੇ ਕਹਿੰਦੀ ਮੈਂ ਉਹਨਾਂ ਨੂੰ ਹਾਂ ਕਰਤੀ, ਚਲੋ ਸਾਡਾ ਇੱਕ ਮਹੀਨੇ ਦੇ ਅੰਦਰ ਅੰਦਰ ਵਿਆਹ ਹੋ ਗਿਆ। ਕਹਿੰਦੇ ਵੀ ਮੈਂ ਵਿਆਹ ਕੇ ਉਹ ਘਰ ਚਲੀ ਗਈ, ਅਤੇ ਕਹਿੰਦੇ ਹਫ਼ਤਾ ਵੀ ਨਹੀਂ ਲੰਘਿਆ, ਹਫ਼ਤੇ ਦੇ ਅੰਦਰ ਅੰਦਰ ਹੀ ਜਿਹੜੇ ਮਾਤਾ ਜੀ ਸੀਗੇ ਉਹ ਕਹਿੰਦੇ ਵੀ ਮੈਨੂੰ
ਵੀ ਮੈਂ ਉਹਨਾਂ ਦੀ ਸੇਵਾ ਕਰਿਆ ਕਰਾਂ। ਰਾਤ ਨੂੰ ਕਹਿੰਦੇ ਵੀ ਇੱਕ ਇੱਕ ਦੋ ਦੋ ਵਜੇ ਤੱਕ ਉਹ ਸੋਇਆ ਨਾ ਕਰਨ, ਅਤੇ ਮੈਂ ਉਹਨਾਂ ਦੇ ਕੋਲ ਬੈਠਣਾ ਅਤੇ ਉਹਨਾਂ ਦੀ ਉਹਨਾਂ ਨੂੰ ਇਸ਼ਨਾਨ ਵੀ ਕਰਵਾਉਣਾ, ਬੈਠਿਆਂ ਨੂੰ ਉਹਨਾਂ ਦੇ ਹੱਥ ਪੈਰ ਧੋਣੇ ਅਤੇ ਬੈਠਿਆਂ ਨੂੰ ਖਾਣਾ ਮਾਲਿਸ਼ ਸਾਰਾ ਕੁਛ ਕਹਿੰਦੇ ਮੈਂ ਉਹਨਾਂ ਨੂੰ ਕਰਨਾ, ਜਿਹੜੀ ਚੀਜ਼ ਕਹਿ ਕੇ ਦੇਣਾ ਉਹ ਚੀਜ਼ ਉਹਨਾਂ ਨੂੰ ਬਣਾ ਕੇ ਦੇਣੀ। ਕਹਿੰਦੇ ਵੀ ਮੈਨੂੰ ਨੀਂਦ ਮੇਰੀ ਪੂਰੀ ਨਹੀਂ ਸੀ ਹੁੰਦੀ, ਰਾਤ ਨੂੰ ਇੱਕ ਇੱਕ ਵੱਜ ਜਾਇਆ ਕਰੇ ਵੀ ਮੈਂ ਉਹਨਾਂ ਦੇ ਸਿਰਹਾਣੇ ਬੈਠੀ ਰਿਹਾ ਕਰਾਂ। ਅਤੇ ਪਰ ਕਹਿੰਦੇ ਵੀ ਮੇਰੇ ਜਿਹੜੇ ਪਤੀ ਸੀਗੇ ਉਹਨਾਂ ਨੂੰ ਬੜਾ ਪਸੰਦ ਆਉਂਦਾ ਸੀ ਇਹ ਚੀਜ਼, ਅਤੇ ਮੇਰੀ ਮਤਲਬ ਇੱਜ਼ਤ ਉਹਨਾਂ ਦੀਆਂ ਨਜ਼ਰਾਂ ਦੇ ਵਿੱਚ ਦੁੱਗਣੀ ਚੌਗਣੀ ਹੋ ਗਈ ਸੀਗੀ, ਅਤੇ ਇਸੇ ਕਰਕੇ ਕਿ ਮੈਂ ਉਹਨਾਂ ਦੇ ਮਾਤਾ ਜੀ ਦੀ ਇੰਨੀ ਸੇਵਾ ਕਰ ਰਹੀ ਹਾਂ। ਅਤੇ ਕਹਿੰਦੇ ਉਹ ਕਹਿੰਦੇ ਹੁੰਦੇ ਸੀ ਵੀ ਨੂਰ ਤੂੰ ਇੰਨੀ ਸੇਵਾ ਕਰਦੀ ਹੈ ਵੀ ਮੈਨੂੰ ਯਕੀਨ ਨਹੀਂ ਹੁੰਦਾ ਵੀ ਕੋਈ ਬੇਗਾਨੀ ਧੀ ਵੀ ਆਪਣੀ ਸੱਸ ਦੀ ਇੰਨੀ ਵੀ ਸੇਵਾ ਕਰ ਸਕਦੀ ਆ। ਅਤੇ ਕਹਿੰਦੇ ਵੀ ਮੈਂ ਦਿਨ ਰਾਤ ਉਹਨਾਂ 'ਚ ਲੱਗੀ ਰਹਿਣਾ, ਅਤੇ ਹੌਲੀ ਹੌਲੀ ਕਹਿੰਦੇ ਚਲੋ ਬੱਚੇ ਹੋਏ ਅਤੇ ਵੀ ਮੈਂ ਫਿਰ ਵੀ ਜ਼ਿਆਦਾ ਰੈਸਟ ਨਹੀਂ ਕਰੀ ਵੀ ਮੈਂ ਉਹਨਾਂ ਨੂੰ ਹਮੇਸ਼ਾ ਵਕਤ ਦਿੱਤਾ, ਹਮੇਸ਼ਾ ਉਹਨਾਂ ਦੇ ਕੋਲ ਰਹੀ ਅਤੇ ਮੈਨੂੰ ਆਪਣੇ ਆਲੇ ਦੁਆਲਿਓਂ ਕਿਤੇ ਜਾਣ ਹੀ ਨਹੀਂ ਸੀ ਦਿੰਦੇ। ਪਰ ਕਹਿੰਦੇ ਵੀ ਇੱਕ ਗੱਲ ਸੀ, ਮੈਂ ਉਹਨਾਂ ਦੀ ਇੰਨੀ ਸੇਵਾ ਕਰਨ ਦੇ ਬਾਵਜੂਦ ਵੀ ਉਹਨਾਂ ਨੇ ਕਦੇ ਮੈਨੂੰ ਪਿਆਰ ਨਾਲ ਨਹੀਂ ਸੀ ਬੁਲਾਇਆ, ਹਮੇਸ਼ਾ ਉਹ ਮੈਨੂੰ ਗਾਲਾਂ ਹੀ ਦਿੰਦੇ ਰਹਿੰਦੇ ਸੀ। ਜਿੰਨੀ ਕਹਿੰਦੇ ਵੀ ਮੈਂ ਉਹਨਾਂ ਦੀ ਜ਼ਿਆਦਾ ਸੇਵਾ ਕਰਨੀ, ਉਨਾ ਹੀ ਉਹ ਮੈਨੂੰ ਦਿਰ ਫਿੱਟੇ ਮੂੰਹ ਕਲੈਣੀ ਅਤੇ ਪਤਾ ਨਹੀਂ ਕੀ ਬੁਰੇ ਬੁਰੇ ਸ਼ਬਦ ਉਹਨਾਂ ਨੇ ਮੈਨੂੰ ਬੋਲਣੇ। ਅਤੇ ਕਹਿੰਦੇ ਵੀ ਮੈਂ ਹਮੇਸ਼ਾ ਫਿਰ ਵੀ ਸੇਵਾ ਕਰਦੇ ਰਹਿਣਾ। ਅਤੇ ਕਹਿੰਦੇ ਇੱਕ ਦਿਨ ਇਸੇ ਤਰ੍ਹਾਂ ਹੋਇਆ ਵੀ ਮੈਂ ਉਹਨਾਂ ਦੀ ਸੇਵਾ ਕਰ ਰਹੀ ਸੀ ਅਤੇ 10 ਸਾਲ ਲੰਘ ਗਏ ਸੀ ਕਹਿੰਦੇ ਵਿਆਹ ਨੂੰ, 10 ਸਾਲ ਹੋ ਗਏ ਸੀ ਮੈਨੂੰ ਉਹਨਾਂ ਦੀ ਸੇਵਾ ਕਰਦਿਆਂ ਨੂੰ। ਅਤੇ 10 ਸਾਲਾਂ ਦੇ ਬਾਅਦ ਵੀ ਕਹਿੰਦੇ ਵੀ ਮੈਨੂੰ ਇਹ ਸੀ ਵੀ ਚਲੋ ਕਦੇ ਤਾਂ ਫਰਕ ਪਊਗਾ, ਪਰ ਕਹਿੰਦੇ ਮੇਰਾ ਵਹਿਮ ਸੀਗਾ ਵੀ ਮੇਰੀ ਸੱਸ ਨੂੰ ਕਦੇ ਵੀ ਫਰਕ ਨਹੀਂ ਪਿਆ ਵੀ ਜਿਵੇਂ ਮੈਂ ਉਹਨਾਂ ਦੀ ਦਿਨ ਰਾਤ ਸੇਵਾ ਕਰਦੀ ਸੀਗੀ ਵੀ ਉਹਨਾਂ ਦੇ ਕਹਿ ਲਓ ਵੀ ਉੱਠ ਕੇ ਚੱਲਿਆ ਵੀ ਨਹੀਂ ਸੀ ਜਾਂਦਾ, ਉਹਨੂੰ ਵੀਲਚੇਅਰ 'ਤੇ ਬਿਠਾ ਕੇ ਵਾਸ਼ਰੂਮ ਦੇ ਵਿੱਚ ਲੈ ਕੇ ਜਾਣਾ, ਫਿਰ ਉਹਨਾਂ ਨੂੰ ਇਸ਼ਨਾਨ ਕਰਵਾ ਕੇ ਲੈ ਕੇ ਆਉਣਾ। ਅਤੇ ਕਹਿੰਦੇ ਵੀ ਮੈਂ ਬਹੁਤ ਜ਼ਿਆਦਾ ਜੇ ਕੋਈ ਹੋਰ ਇਸਤਰੀ ਹੁੰਦੀ ਵੀ ਜਿੱਦਾਂ ਕਹਿ ਲਓ ਵੀ ਮੇਰੇ ਪਤੀ ਮੇਰਾ ਸਾਥ ਦੇ ਰਹੇ ਸੀ ਉਹਨਾਂ ਦਾ ਕਰਕੇ ਮੈਂ ਉੱਥੇ ਟਿਕੀ ਹੋਈ ਸੀਗੀ ਵੀ ਮੈਨੂੰ ਇਹ ਹੁੰਦਾ ਸੀ ਵੀ ਚਲੋ ਉਹਨਾਂ ਦੇ ਕਰਕੇ ਮੈਂ ਇਹ ਚੀਜ਼ ਕਰਦੀ ਹਾਂ। ਪਰ ਕਹਿੰਦੇ ਵੀ ਕੋਈ ਵੀ ਲੜਕੀ ਜੇ ਇੰਨਾ ਬੁਰਾ ਵਿਵਹਾਰ ਸੱਸ ਕਰਦੀ ਹੈ ਵੀ ਉਹਨਾਂ ਦੀ ਇੰਨੀ ਸੇਵਾ ਹੋਣ ਦੇ ਬਾਵਜੂਦ ਵੀ, ਤਾਂ ਕੋਈ ਵੀ ਲੜਕੀ ਨਹੀਂ ਰਹੂਗੀ। ਤਾਂ ਕਹਿੰਦੇ ਮੈਂ ਫਿਰ ਵੀ ਰਹੀ। ਅਤੇ ਕਹਿੰਦੇ ਵੀ 12 ਸਾਲ ਲੱਗ ਗਿਆ ਇਸ ਚੀਜ਼ ਨੂੰ। ਜਦੋਂ 12 ਸਾਲ ਲੱਗ ਗਿਆ ਮੈਂ ਹਮੇਸ਼ਾ ਇਹ ਸੋਚਣਾ ਵੀ ਵਾਹਿਗੁਰੂ ਵੀ ਪਤਾ ਨਹੀਂ ਕੀ ਗੱਲ ਹੈ ਵੀ ਮੈਂ ਇਹੋ ਜਿਹੇ ਕੀ ਬੁਰੇ ਕਰਮ ਕਰੇ ਆ। ਅਤੇ ਕਹਿੰਦੀ ਪਰ ਮੈਂ ਮਨ ਦੇ ਵਿੱਚ ਇਹ ਸੋਚਣਾ ਸ਼ੁਰੂ ਕਰਤਾ ਵੀ ਸ਼ਾਇਦ ਇਹ ਮੇਰਾ ਕੋਈ ਪਿਛਲੇ ਕਰਮ ਦੇ ਵਿੱਚ ਲੈਣਾ ਦੇਣਾ ਹੋਣਾ ਹੈ ਇਹਨਾਂ ਨਾਲ, ਵੀ ਸ਼ਾਇਦ ਤਾਂ ਇਹ ਵੀ ਮੇਰੇ ਕੋਈ ਬੁਰੇ ਕਰਮ ਹੋਣੇ, ਇਹ ਸੋਚ ਕੇ ਕਹਿੰਦੇ ਮੈਂ ਛੱਡ ਦਿਆ ਕਰਾਂ। ਅਤੇ ਕਹਿੰਦੇ ਜਦੋਂ ਉਹ ਕਾਫੀ ਬਿਮਾਰ ਹੋ ਗਏ, ਬਿਲਕੁਲ ਬੈੱਡ 'ਤੇ ਹੋ ਗਏ, ਵੀਲਚੇਅਰ 'ਤੇ ਵੀ ਉਹਨਾਂ ਨੂੰ ਲੈ ਕੇ ਨਹੀਂ ਸੀ ਜਾਇਆ ਜਾਂਦਾ, ਅਤੇ ਅਸੀਂ ਡਾਇਪਰ ਵਗੈਰਾ ਯੂਜ਼ ਕਰਨੇ, ਮੈਂ ਉਹਨਾਂ ਦੇ ਡਾਇਪਰ ਖੁਦ ਚੇਂਜ ਕਰਨੇ ਅਤੇ ਉਹਨਾਂ ਨੂੰ ਬੈਠਿਆਂ ਨੂੰ ਉੱਥੇ ਸਾਰਾ ਮਤਲਬ ਰੂਮ ਦੇ ਵਿੱਚ ਸਾਰਾ ਕੁਛ ਕਰਨਾ, ਹਰ ਮਤਲਬ ਚੀਜ਼ ਕਰੀ ਮੈਂ ਵੀ ਜਿਹੜਾ ਹਰ ਕੋਈ ਲੜਕੀ ਨਹੀਂ ਕਰਦੀ ਹੈਗੀ। ਅਤੇ ਕਹਿੰਦੇ ਵੀ ਉਹ ਆਖਰੀ ਦਿਨਾਂ ਦੇ ਵਿੱਚ ਮੈਂ ਉਹਨਾਂ ਨੂੰ ਕਿਹਾ ਕਿ ਮਾਤਾ ਜੀ ਵੀ ਹੁਣ ਮੈਂ ਤੁਹਾਨੂੰ ਇੰਨਾ ਟਾਈਮ ਹੋ ਗਿਆ ਮੈਨੂੰ ਸੇਵਾ ਕਰਦੀ ਨੂੰ, ਵੀ ਮੈਂ ਮੇਰੇ ਤੋਂ ਕੀ ਗਲਤੀ ਹੋ ਜਾਂਦੀ ਹੈ ਵੀ ਤੁਸੀਂ ਮੈਨੂੰ ਰੋਜ਼ਾਨਾ ਹਰ ਟਾਈਮ ਬੁਰਾ ਬੁਰਾ ਬੋਲਦੇ ਰਹਿੰਦੇ ਹੋ, ਬੁਰੇ ਗਾਲਾਂ ਦਿੰਦੇ ਰਹਿੰਦੇ ਹੋ। ਕਹਿੰਦੇ ਆਖਰੀ ਸਾਹਾਂ 'ਤੇ ਸੀ ਜਦੋਂ, ਉਦੋਂ ਵੀ ਮਤਲਬ ਉਹਨਾਂ ਨੇ ਮੈਨੂੰ ਬੁਰਾ ਹੀ ਕਿਹਾ। ਅਤੇ ਕਹਿੰਦੇ ਉਹਨਾਂ ਨੇ ਮੈਨੂੰ ਕਿਹਾ ਕਿ ਦੇਖ ਜਿੰਨਾ ਚਿਰ ਤਾਂ ਮੈਂ ਜਿਉਣੀ ਹਾਂ, ਮੈਂ ਬੈੱਡ 'ਤੇ ਹਾਂ, ਉਹਨਾਂ ਚਿਰ ਤੈਨੂੰ ਕੁਛ ਨਹੀਂ ਹੁੰਦਾ। ਜਦੋਂ ਮੈਂ ਬੈੱਡ 'ਤੇ ਜਦੋਂ ਮੈਂ ਮਰ ਗਈ ਤਾਂ ਕਹਿੰਦੇ ਤੂੰ ਵੀ ਮੇਰੇ ਵਾਂਗੂ ਬੈੱਡ 'ਤੇ ਪੈ ਜਾਵੇਂ ਅਤੇ ਤੇਰਾ ਲੱਕ ਟੁੱਟ ਜਾਵੇ। ਕਹਿੰਦੇ ਉਹਨਾਂ ਨੇ ਮੈਨੂੰ ਇਹ ਬਦਦੁਆ ਦਿੱਤੀ।
ਤੇ ਕਹਿੰਦੇ ਉਸ ਤੋਂ ਬਾਅਦ ਚਲੋ ਟਾਈਮ ਲੰਘਿਆ ਕੁਛ, 2 ਮਹੀਨੇ ਫਿਰ ਲੰਘ ਗਏ। ਕਹਿੰਦੀ ਮੈਂ ਫਿਰ ਵੀ ਕੁਛ ਨਾ ਬੋਲੀ ਵੀ ਚੱਲ ਕੋਈ ਨਾ। ਤੇ ਕਹਿੰਦੀ ਮੈਂ ਬੜਾ ਮੇਰੇ ਮਨ ਨੂੰ ਮਤਲਬ ਠੇਸ ਪਹੁੰਚੀ ਵੀ ਰੱਬਾ ਮੈਂ 12 ਸਾਲ ਹੋ ਗਏ ਆ ਮੈਨੂੰ ਸੇਵਾ ਕਰਦੀ ਨੂੰ, ਤੇ ਫਿਰ ਵੀ ਇੱਦਾਂ ਦੇ ਬੋਲ ਵੀ ਮੈਂ ਬੈੱਡ ਤੇ ਪੈ ਜਾ। ਇੱਕ ਮਨ ਦੇ ਵਿੱਚ ਜਿੱਦਾਂ ਡਰ ਜਾ ਪੈਦਾ ਹੋ ਗਿਆ। ਤੇ ਕਹਿੰਦੇ ਵੀ ਜਦੋਂ ਮੇਰੇ ਮਾਤਾ ਜੀ ਖਾਣੋ ਪੀਣੋ ਵੀ ਲਗਭਗ ਬਹੁਤ ਘੱਟ ਖਾਣਾ ਪੀਣਾ ਛੱਡਤਾ ਉਹਨਾਂ ਨੇ, ਤੇ 1-2 ਚਮਚੇ ਜਿੱਦਾਂ ਦਲੀਆ ਖਿਚੜੀ ਜਾਂ ਕੋਈ ਜੂਸ ਵਗੈਰਾ ਅਸੀਂ ਦਿੰਦੇ ਸੀਗੇ, ਪਰ ਕਹਿੰਦੇ ਉਹ ਬੋਲਦੇ ਸੀਗੇ। ਤੇ ਕਹਿੰਦੇ ਉਹ ਆਖਰੀ ਦਿਨਾਂ ਦੇ ਵਿੱਚ ਮੇਰੇ ਹਸਬੈਂਡ ਉਹਨਾਂ ਦੇ ਕੋਲ ਖੜ੍ਹੇ ਹੋਏ ਹੱਥ ਜੋੜ ਕੇ ਕਹਿੰਦੇ ਮਾਤਾ ਜੀ ਇੰਨੇ ਸਾਲ ਹੋ ਗਏ ਨੂਰ ਨੂੰ ਤੁਹਾਡੀ ਸੇਵਾ ਕਰਦਿਆਂ ਨੂੰ, ਅਤੇ ਵੀ 12 ਸਾਲ ਹੋ ਗਏ, ਹੁਣ ਤਾਂ ਇਹਨੂੰ ਦੁਆ ਦੇ ਦੇ ਕੋਈ। ਕਹਿੰਦੀ ਨਹੀਂ ਤੂੰ ਇਹਦਾ ਸਾਥ ਦਿੰਦਾ ਏ, ਰੱਬ ਕਰੇ ਤੇਰਾ ਵੀ ਲੱਕ ਟੁੱਟ ਜਾਵੇ ਅਤੇ ਤੂੰ ਵੀ ਮੇਰੇ ਵਾਂਗੂ ਬੈੱਡ ਰੈਸਟ 'ਤੇ ਹੋ ਜਾਵੇਂ। ਤੁਸੀਂ ਦੋਨੋਂ ਜਣੇ ਬੈੱਡ 'ਤੇ ਇਸੇ ਤਰ੍ਹਾਂ ਜਿੱਦਾਂ ਮੈਂ ਪਈ ਹਾਂ ਬੈੱਡ 'ਤੇ, ਇਸੇ ਤਰ੍ਹਾਂ ਤੁਸੀਂ ਬੈੱਡ 'ਤੇ ਪੈ ਕੇ ਤੜਫੋ ਅਤੇ ਤੁਹਾਡੀ ਕੋਈ ਸੇਵਾ ਕਰਨ ਵਾਲਾ ਵੀ ਨਾ ਹੋਵੇ। ਕਹਿੰਦੇ ਇੱਦਾਂ ਕਹਿਤਾ ਉਹਨਾਂ ਨੇ, ਆਪਣੇ ਬੇਟੇ ਨੂੰ ਵੀ ਇੱਦਾਂ ਕਹਿਤਾ ਉਹਨਾਂ ਨੇ। ਕਮਾਲ ਦੀ ਗੱਲ ਹੈ, ਕੋਈ ਮਾਂ ਕਿੱਦਾਂ ਕਹਿ ਸਕਦੀ ਹੈ ਇੱਦਾਂ, ਇੱਦਾਂ ਦੀਆਂ ਵੀ ਸੱਸਾਂ ਹੁੰਦੀਆਂ ਨੇ, ਹੈ ਨਾ। ਅਤੇ ਉਹ ਭੈਣ ਨੇ ਸਿਰਫ ਇਹ ਜਿਹੜੀ ਮਤਲਬ ਘਟਨਾ ਸੀ ਉਹ ਇਸ ਲਈ ਸਾਂਝੀ ਕਰੀ ਸੀਗੀ ਤਾਂ ਕਿ ਵੀ ਆਪਾਂ ਲੋਕਾਂ ਤੱਕ ਇਹ ਗੱਲ ਪਹੁੰਚਾ ਸਕੀਏ ਵੀ ਜਿਹੜੀਆਂ ਸੱਸਾਂ ਨੇ ਜੇ ਉਹ ਦੁਆ ਨਹੀਂ ਨਾ ਦੇ ਸਕਦੀਆਂ ਆਪਣੀਆਂ ਨੂੰਹਾਂ ਨੂੰ ਤਾਂ ਬਦ ਦੁਆ ਵੀ ਨਾ ਦੇਣ, ਜੇ ਉਹ ਚੰਗਾ ਨਹੀਂ ਕਹਿ ਸਕਦੀਆਂ ਤਾਂ ਮਾੜਾ ਵੀ ਨਾ ਕਹਿਣ। ਤਾਂ ਬਹੁਤ ਮਤਲਬ ਮੈਨੂੰ ਯਕੀਨ ਨਹੀਂ ਹੈਗਾ ਵੀ ਇੱਦਾਂ ਦੇ ਵੀ ਲੋਕ ਹੈਗੇ ਨੇ। ਮੈਨੂੰ ਉਹਨਾਂ ਦੀ ਮਤਲਬ ਇਹ ਘਟਨਾ ਸੁਣ ਕੇ ਬਹੁਤ ਅਜੀਬ ਲੱਗਿਆ ਵੀ ਇਹ ਠੀਕ ਹੈ, ਕੋਈ ਮਰਦੇ ਟਾਈਮ ਤਾਂ ਨਹੀਂ ਇੱਦਾਂ ਕਰ ਸਕਦਾ, ਵੀ ਉਹਨਾਂ ਨੇ ਮਰਦੇ ਦਮ ਤੱਕ ਵੀ ਜਦੋਂ ਇੰਨੀ ਸੇਵਾ ਕਰਵਾਉਣ ਦੇ ਬਾਵਜੂਦ ਵੀ ਉਹਨਾਂ ਨੇ ਉਹਨਾਂ ਨੂੰ ਉਹ ਬਦਦੁਆ ਦਿੱਤੀ। ਅਤੇ ਉਹ ਭੈਣ ਦੱਸਦੇ ਆ ਵੀ ਉਸ ਤੋਂ ਬਾਅਦ ਉਹਨਾਂ ਦੀ ਡੈਥ ਹੋ ਗਈ। ਅਤੇ ਕਹਿੰਦੇ 2 ਕੁ ਸਾਲ ਲੰਘ ਗਏ ਅਤੇ ਮੈਂ ਗੁਰਬਾਣੀ ਵੀ ਪੜ੍ਹਦੀ ਹੁੰਦੀ ਸੀ, ਨਿਤਨੇਮ ਮੈਂ ਛੱਡਿਆ ਨਹੀਂ ਸੀ ਕਦੇ, ਨਿਤਨੇਮ ਮੈਂ ਹਮੇਸ਼ਾ ਕਰਨਾ। ਅਤੇ ਕਹਿੰਦੇ ਵੀ ਮੈਂ 2 ਕੁ ਸਾਲ ਦੇ ਬਾਅਦ ਫਰਸ਼ 'ਤੇ ਅਚਾਨਕ ਮੈਂ ਗਿਰ ਗਈ, ਮੇਰੀ ਡਿਸਕ ਪ੍ਰੋਬਲਮ ਆ ਗਈ, ਮੈਨੂੰ ਡਾਕਟਰ ਨੇ ਬੈੱਡ ਰੈਸਟ ਦੱਸਤੀ। ਅਤੇ ਕਹਿੰਦੀ ਉਦੋਂ ਹੀ ਕੁਛ 6 ਕੁ ਮਹੀਨੇ ਵੀ ਮੈਂ ਬੈੱਡ 'ਤੇ ਸੀਗੀ ਅਤੇ 6 ਕੁ ਮਹੀਨੇ ਲੰਘੇ, ਕਹਿੰਦੀ ਮੇਰੇ ਘਰ ਵਾਲਾ ਔਫਿਸ ਜਾ ਰਿਹਾ ਸੀ ਅਤੇ ਰਸਤੇ ਦੇ ਵਿੱਚ ਬਾਈਕ ਦੇ ਅੱਗੇ ਕੁੱਤਾ ਆ ਗਿਆ ਕੋਈ ਅਤੇ ਉਹ ਗਿਰ ਗਏ ਅਤੇ ਉਹਨਾਂ ਨੂੰ ਵੀ ਬੈੱਡ ਰੈਸਟ ਦੱਸਦੀ, ਸੇਮ ਪ੍ਰੋਬਲਮ ਉਹਨਾਂ ਦੀ ਬੈਕ ਦੇ ਵਿੱਚ ਪ੍ਰੋਬਲਮ ਆ ਗਈ, ਡਿਸਕ ਦੇ ਮਨ ਕਾ ਕੋਈ ਕਹਿੰਦੇ ਬਹਿ ਗਿਆ ਅਤੇ ਕਹਿੰਦੇ ਬੈੱਡ ਰੈਸਟ ਦੱਸਦੀ। ਉਹ ਭੈਣ ਦੱਸਦੇ ਆ ਵੀ ਅਸੀਂ ਦੋਨੋਂ ਜਣੇ ਬੈੱਡ ਰੈਸਟ 'ਤੇ ਹੋ ਗਏ। ਕਹਿੰਦੇ ਵੀ ਉਹ ਗੱਲ ਯਾਦ ਆਇਆ ਕਰੇ ਵੀ ਮਾਤਾ ਜੀ ਨੇ ਇੱਦਾਂ ਕਿਹਾ ਸੀਗਾ ਵੀ ਉਹਨਾਂ ਦੀ ਜਿਹੜੀ ਗੱਲ ਆ ਉਹ ਸੱਚੀ ਹੋ ਗਈ, ਵੀ ਉਹਨਾਂ ਦੇ ਮੂੰਹ ਦੇ ਵਿੱਚੋਂ ਇਹ ਗੱਲ ਨਿਕਲਦੀ ਸੀਗੀ, ਉਹ ਕਹਿੰਦੇ ਸੀ ਸਾਨੂੰ ਵੀ ਉਹਨਾਂ ਦੀ ਇਹ ਗੱਲ ਸੱਚੀ ਹੋ ਗਈ ਵੀ ਦੇਖੋ ਅਸੀਂ ਦੋਨੇ ਬੈੱਡ ਰੈਸਟ 'ਤੇ ਹੋ ਗਏ। ਬੇਟਾ ਸੀ ਕਹਿੰਦੀ ਸਾਡਾ ਉਹ ਬਾਹਰ ਚੱਲਿਆ ਗਿਆ ਸੀਗਾ, ਉਸੇ ਨੂੰ +2 ਕਰਾ ਕੇ ਬਾਹਰ ਭੇਜ ਦਿੱਤਾ। ਅਤੇ ਕਹਿੰਦੇ ਵੀ ਕਾਫੀ ਦੇਰ ਇੱਦਾਂ ਹੁੰਦਾ ਰਿਹਾ ਅਤੇ ਮੈਂ ਬੈੱਡ ਰੈਸਟ 'ਤੇ ਰਹੀ। ਬੇਟਾ ਕਹਿੰਦਾ ਸੀ ਵੀ ਮੈਂ ਜਾਣਾ ਨਹੀਂ ਹੈਗਾ ਮਾਤਾ ਜੀ, ਵੀ ਤੁਸੀਂ ਇਕੱਲੇ ਰਹਿ ਜਾਓਗੇ ਬੈੱਡ ਰੈਸਟ 'ਤੇ, ਉਹ ਕਾਫੀ ਦੇਰ ਲੰਘ ਗਈ ਮੈਨੂੰ ਬੈੱਡ ਰੈਸਟ 'ਤੇ ਵੀ ਲਗਭਗ 5-6 ਸਾਲ ਹੋ ਗਏ ਸੀਗੇ ਅਤੇ ਮੇਰੇ ਹਸਬੈਂਡ ਨੂੰ ਵੀ ਸੇਮ ਪ੍ਰੋਬਲਮ ਸੀ, ਉਹ ਔਫਿਸ ਜਾਇਆ ਕਰਨ, ਉੱਥੇ ਜਿਹੜੇ ਉਹਨਾਂ ਦੇ ਸੀਨੀਅਰ ਸੀ ਉਹ ਕਹਿਦਾ ਕਰਨ ਵੀ ਤੁਸੀਂ ਥੋੜ੍ਹੀ ਦੇਰ ਰੈਸਟ ਕਰ ਲਿਓ, ਕੋਈ ਗੱਲ ਨਹੀਂ ਔਫਿਸ ਤੁਸੀਂ ਜ਼ਰੂਰ ਆਉਣਾ ਗਾ। ਉਹਨਾਂ ਨੇ ਜੋਬ ਨਹੀਂ ਛੱਡੀ, ਉਹ ਕਰਦੇ ਸੀ ਜੋਬ ਅਤੇ ਉਹ ਉੱਥੇ ਰੈਸਟ ਵੀ ਕਰ ਲੈਂਦੇ ਸੀ, ਕੰਮ ਵੀ ਕਰਦੇ ਸੀ ਕਿਉਂਕਿ ਘਰ ਵੀ ਚਲਾਉਣਾ ਜ਼ਰੂਰੀ ਸੀਗਾ। ਅਤੇ ਕਹਿੰਦੇ ਚਲੋ ਜਦੋਂ ਬੇਟਾ ਬਾਹਰ ਚੱਲਿਆ ਗਿਆ ਉਸ ਤੋਂ ਬਾਅਦ ਮੇਰੇ ਹਸਬੈਂਡ ਨੇ ਜੋਬ ਛੱਡਤੀ ਅਤੇ ਹੁਣ ਉਹ ਬੈੱਡ ਰੈਸਟ 'ਤੇ ਹੀ ਨੇ। ਅਤੇ ਕਹਿੰਦੇ ਮੈਂ ਹੌਲੀ ਹੌਲੀ ਵੀ ਜਦੋਂ ਮੈਨੂੰ ਕਈ ਸਾਲ ਲੰਘ ਗਏ ਇਸੇ ਤਰ੍ਹਾਂ ਸਾਡੇ
ਘਰ ਕਹਿੰਦੀ ਵੀ ਸਾਡੇ ਮੇਰੇ ਮਾਸੀ ਜੀ ਨੇ ਕਾਫੀ ਹੁਣ ਤਾਂ ਬਜ਼ੁਰਗ ਹੋ ਚੁੱਕੇ ਨੇ ਤੇ ਕਹਿੰਦੀ ਉਹ ਆਏ ਪਤਾ ਲੈਣ ਦੇ ਵਾਸਤੇ ਤੇ ਕਾਫੀ ਉਹ ਧਾਰਮਿਕ ਵਿਰਤੀ ਵਾਲੇ ਸੀਗੇ ਤੇ ਗੁਰੂ ਨੂੰ ਬਹੁਤ ਮੰਨਦੇ ਸੀ, ਗੁਰੂ ਗ੍ਰੰਥ ਸਾਹਿਬ ਜੀ ਨੂੰ ਬਹੁਤ ਮੰਨਦੇ ਸੀ, ਸੇਵਾ ਬੜੀ ਕਰਦੇ ਸੀ ਗੁਰਦੁਆਰਾ ਸਾਹਿਬ ਜਾ ਕੇ, ਜਿਵੇਂ ਉਹਨਾਂ ਦੀ ਇੰਨੀ ਉਮਰ ਹੋ ਗਈ ਸੀ ਫਿਰ ਵੀ ਉਹਨਾਂ ਨੇ ਪ੍ਰਸ਼ਾਦਿਆਂ ਦੀ ਸੇਵਾ ਕਰਨ ਜਾਣਾ ਗੁਰਦੁਆਰਾ ਸਾਹਿਬ, ਹੋਰ ਜਿੱਦਾਂ ਕੋਈ ਉੱਥੇ ਇਕੱਠ ਹੋਣਾ ਤਾਂ ਘਰ ਹੀ ਨਾ ਆਉਣਾ, ਉਹਨਾਂ ਨੇ ਉੱਥੇ ਹੀ ਰਹਿਣਾ ਸੇਵਾ ਕਰਨੀ। ਤੇ ਕਹਿੰਦੇ ਉਹ ਮੈਨੂੰ ਕਹਿੰਦੇ ਵੀ ਨੂਰ ਕੀ ਗੱਲ ਹੋ ਗਈ ਵੀ ਤੁਸੀਂ ਤਾਂ ਦੋਨੇ ਭਾਈ ਇੱਦਾਂ ਹੋ ਗਏ ਵੀ ਤੁਸੀਂ ਮਾੜਾ ਮੋਟਾ ਕਰੋ ਕੁਛ ਅਰਦਾਸ ਕਰਵਾਓ। ਕਹਿੰਦੀ ਮੈਂ ਉਹਨਾਂ ਨਾਲ ਗੱਲ ਕਰੀ ਵੀ ਮਾਸੀ ਜੀ ਆਹ ਗੱਲ ਸੀਗੀ ਮੇਰੇ ਨਾਲ ਤਾਂ ਵੀ ਮਾਤਾ ਜੀ ਇੱਦਾਂ ਕਹਿ ਗਏ ਸੀ, ਸਾਡੇ ਨਾਲ ਤਾਂ ਉਹੀ ਗੱਲ ਸੱਚੀ ਹੋ ਗਈ ਹੈ। ਕਹਿੰਦੀ ਉਹ ਮੈਨੂੰ ਕਹਿੰਦੇ ਵੀ ਤੂੰ ਮਨ ਦੇ ਵਿੱਚ ਇਹ ਗੱਲ ਬਿਠਾ ਲਈ। ਕਹਿੰਦੀ ਮੈਂ ਉਹਨਾਂ ਨੂੰ ਕਿਹਾ ਵੀ ਨਹੀਂ ਮਨ ਦੇ ਵਿੱਚ ਇਹ ਗੱਲ ਨਹੀਂ ਬਿਠਾਈ ਹੈਗੀ ਵੀ ਇਹ ਸੱਚੀ ਹੋ ਗਈ ਹੈ ਗੱਲ, ਵੀ ਮੈਂ ਮਤਲਬ ਉਹ ਵੈਸੇ ਤਾਂ ਮੈਂ ਚਲੋ ਦੁਖੀ ਹਾਂ ਬਹੁਤ ਵੀ ਮੈਂ ਬੈੱਡ ਰੈਸਟ 'ਤੇ ਹਾਂ, ਮੈਂ ਮੇਰਾ ਸਰੀਰ ਬਹੁਤ ਕਸ਼ਟ ਦੇ ਵਿੱਚ ਆ ਪਰ ਕਹਿੰਦੀ ਮੇਰਾ ਮਨ ਖੁਸ਼ ਹੈ। ਤਾਂ ਉਹ ਕਹਿੰਦੇ ਮਨ ਕਿਉਂ ਖੁਸ਼ ਹੈ? ਕਹਿੰਦੀ ਮਨ ਮੇਰਾ ਇਸ ਕਰਕੇ ਖੁਸ਼ ਹੈ ਵੀ ਇਸ ਜਨਮ ਦੇ ਵਿੱਚ ਮੈਂ ਬਹੁਤ ਚੰਗੇ ਕਰਮ ਕਰੇ ਨੇ, ਵੀ ਜਿਹੜੇ ਮੈਂ ਪਹਿਲਾਂ ਕੋਈ ਬੁਰੇ ਕਰਮ ਕਰੇ ਹੋਣਗੇ ਉਹਨਾਂ ਦਾ ਫਲ ਮਿਲਿਆ ਮੈਨੂੰ, ਕੀ ਪਤਾ ਮੇਰੀ ਸੱਸ ਮੇਰੇ ਨਾਲ ਕੀ ਪਹਿਲਾਂ ਉਹਦੇ ਨਾਲ ਮੇਰਾ ਰਿਸ਼ਤਾ ਹੋਊਗਾ, ਕੀ ਪਤਾ ਕਿਸੇ ਜਨਮ ਦੇ ਵਿੱਚ ਮੈਂ ਵੀ ਉਹਨੂੰ ਇਸੇ ਤਰ੍ਹਾਂ ਤੰਗ ਕਰਿਆ ਹੋਵੇ, ਉਹਨੇ ਮੇਰੇ ਨਾਲ ਇਸ ਤਰ੍ਹਾਂ ਕਰਿਆ ਬਦਲਾ ਲਿਆ, ਅਤੇ ਕੀ ਪਤਾ ਵੀ ਸਾਡਾ ਕੀ ਰਿਸ਼ਤਾ ਦੀ ਸੱਸ ਨੂੰ ਦਾ ਸੀ ਜਾਂ ਕੋਈ ਹੋਰ ਦਰਾਣੀ ਜਟਾਣੀ ਜਾਂ ਨੌਕਰਾਣੀ ਜਾਂ ਕੀ ਰਿਸ਼ਤਾ ਸੀ। ਕਹਿੰਦੀ ਵੀ ਕੁਛ ਨਹੀਂ ਕਹਿ ਸਕਦੇ ਵੀ ਜਿਹੜਾ ਮੇਰੇ ਨਾਲ ਇਸ ਤਰ੍ਹਾਂ ਹੋਈ। ਅਤੇ ਉਹ ਕਹਿੰਦੇ ਵੀ ਬੇਟੇ ਤੂੰ ਇੱਦਾਂ ਕਰ ਜੋ ਹੋ ਗਿਆ ਠੀਕ ਆ, ਵੀ ਤੁਸੀਂ ਬੜੇ ਔਖੇ ਹੋ, ਤੁਸੀਂ ਗੁਰੂ ਸਾਹਿਬ ਦਾ ਸਹਾਰਾ ਲਓ, ਹੁਣ ਤੁਸੀਂ ਤੁਹਾਡੇ ਘਰ ਕਿਹੜਾ ਕੋਈ ਨਸ਼ਾ ਹੈ, ਪਾਠ ਚਲਾਇਆ ਕਰੋ ਕਰਿਆ ਕਰੋ ਪਾਠ। ਕਹਿੰਦੀ ਮੈਂ ਹਿੰਮਤ ਕਰਨੀ ਸਵੇਰੇ ਉੱਠਣਾ, ਕਹਿੰਦੀ ਪਰ ਮੇਰੀ ਸਵੇਰੇ ਬਹੁਤ ਜ਼ਿਆਦਾ ਦਰਦ ਹੋਇਆ ਕਰੇ, ਬੜੀ ਜਗ੍ਹਾ ਤੋਂ ਕਹਿੰਦੇ ਦਵਾਈ ਲੈ ਲਈ ਪਰ ਠੀਕ ਨਹੀਂ ਸੀ ਹੋਇਆ, ਅਤੇ ਡਾਕਟਰ ਕਹਿੰਦੇ ਸੀ ਵੀ ਮੇਰੇ ਹਸਬੈਂਡ ਦਾ ਤਾਂ ਆਪਰੇਸ਼ਨ ਹੀ ਹੋਊਗਾ, ਵੀ ਉਹ ਆਪਰੇਸ਼ਨ ਦੇ ਨਾਲ ਉਹਨਾਂ ਦੀਆਂ ਲੱਤਾਂ ਵੀ ਖੜ ਸਕਦੀਆਂ ਨੇ। ਅਤੇ ਕਹਿੰਦੇ ਅਸੀਂ ਡਰਦੇ ਸੀਗੇ ਵੀ ਨਹੀਂ ਕਰਾਉਣਾ, ਅਤੇ ਕਹਿੰਦੀ ਮੈਨੂੰ ਵੀ ਉਹੀ ਕੁਛ ਪ੍ਰੋਬਲਮ ਸੀਗੀ, ਅਤੇ ਮੈਂ ਬੜੇ ਡਾਕਟਰਾਂ ਕੋਲ ਗਈ ਦਵਾਈ ਲਈ ਪਰ ਕੋਈ ਫਰਕ ਨਾ ਪਿਆ, ਕੋਈ ਪੱਟੀਆਂ ਲਾ ਦਿਆ ਕਰੇ ਕੋਈ ਚੇਪੀਆਂ ਜਿਹਾ ਲਾ ਦਿਆ ਕਰੇ। ਕਹਿੰਦੀ ਵੀ ਮੈਂ ਉਹ ਕੁਛ ਦਿਨਾਂ ਬਾਅਦ ਉਤਾਰ ਦਿਆ ਕਰਾਂ ਕੋਲ, ਫਿਰ ਉਹੀ ਹਾਲ ਹੋ ਜਾਇਆ ਕਰੇ। ਅਤੇ ਬਾਕੀ ਘਰ ਕੋਈ ਹੋਰ ਲੜਕੀ ਵੀ ਹੈ ਨਹੀਂ ਸੀ, ਮੇਰੇ ਦੋ ਬੇਟੇ ਸੀਗੇ, ਇੱਕ ਇੱਧਰ ਸੀ ਬੇਟਾ ਅਤੇ ਇੱਕ ਬਾਹਰ ਸੀ। ਕਹਿੰਦੇ ਅਤੇ ਬੜਾ ਕਹਿੰਦੀ ਮੈਂ ਦੁੱਖ ਝੱਲੇ ਉਸ ਤੋਂ ਬਾਅਦ। ਕਹਿੰਦੀ ਹੌਲੀ ਹੌਲੀ ਕੀ ਹੋਇਆ, ਜਦੋਂ ਮੇਰੇ ਮਾਸੀ ਜੀ ਕਹਿੰਦੇ ਵੀ ਚੱਲ ਮੈਂ ਤੁਹਾਡੇ ਕੋਲ ਕੁਛ ਦਿਨ ਰਹੂੰਗੀ, ਕਹਿੰਦੇ ਉਹਨਾਂ ਨੇ ਮੈਨੂੰ ਸਵੇਰੇ ਜਲਦੀ ਉਠਾਉਣਾ, ਹਿੰਮਤ ਉਹਨਾਂ ਦੀ ਸੀਗੀ, ਅਤੇ ਕਹਿੰਦੇ ਉਹਨਾਂ ਨੇ ਮੈਨੂੰ ਸਵੇਰੇ ਜਲਦੀ ਉਠਾਉਣਾ, ਅਤੇ ਕਹਿਣਾ ਨੂਰ ਵੀ ਚਾਹ ਬਣ ਗਈ ਤੂੰ ਚਾਹ ਪੀ ਲਾ। ਚਾਹ ਪੀਣੀ, ਕਹਿੰਦੀ ਵੀ ਮੈਂ ਇਸ਼ਨਾਨ ਕਰਕੇ ਨਿਤਨੇਮ ਕਰਨਾ, ਅਤੇ ਕਹਿੰਦੀ ਨੀਚੇ ਨਹੀਂ ਸੀ ਬੈਠਿਆ ਜਾਂਦਾ ਮੇਰੇ ਤੋਂ, ਅਤੇ ਕਹਿੰਦੀ ਮੈਂ ਚਲੋ ਵੀ ਫਿਰ ਵੀ ਕੋਸ਼ਿਸ਼ ਕਰਦੀ ਸੀ ਵੀ ਮੈਂ ਨੀਚੇ ਬੈਠ ਕੇ ਗੁਰਬਾਣੀ ਪੜ੍ਹਾਂ, ਅਤੇ ਗੱਦਾ ਬਣਾ ਲਿਆ, ਕਹਿੰਦੀ ਮੈਂ ਉੱਥੇ ਬੈਠ ਕੇ ਅਤੇ ਮੈਂ ਨਾਲ ਸੁਖਮਨੀ ਸਾਹਿਬ ਦਾ ਪਾਠ ਸ਼ੁਰੂ ਕਰਤਾ। ਅਤੇ ਕਹਿੰਦੀ ਮੈਨੂੰ ਉਹ ਕਹਿੰਦੇ ਵੀ ਦੇਖ ਆਪਾਂ ਇੱਦਾਂ ਕਰਦੇ ਹਾਂ ਵੀ ਸ਼ਹੀਦਾਂ ਸਾਹਿਬ ਚੱਲਦੇ ਹਾਂ ਅਰਦਾਸ ਕਰਵਾਵਾਂਗੇ, ਅਤੇ ਕਹਿੰਦੀ ਉਹ ਮੈਨੂੰ ਮੈਂ ਉਹਨਾਂ ਨੂੰ ਕਿਹਾ ਵੀ ਮੈਂ ਨਹੀਂ ਬੱਸ 'ਤੇ ਜਾ ਸਕਦੀ। ਬੇਟੇ ਨੂੰ ਕਹਿੰਦੀ ਉਹਨਾਂ ਨੇ ਮਨਾਇਆ, ਚੱਲ ਮੇਰਾ ਬੇਟਾ ਥੋੜ੍ਹਾ ਜਿਹਾ ਘੱਟ ਹੀ ਮੰਨਦਾ ਸੀ ਮੇਰੀ ਗੱਲ, ਉਹ ਬਾਹਰ ਫਿਰਦਾ ਰਹਿੰਦਾ ਸੀ, ਕਹਿੰਦਾ ਹੁੰਦਾ ਸੀ ਕੰਮ ਕਾਰ ਨੇ ਵੀ ਲੈ ਲੂ ਕੇ ਨਹੀਂ ਸੀ ਜਾਂਦਾ ਕਿਤੇ, ਅਤੇ ਛੋਟੇ ਬੇਟਾ ਸੀ ਕਹਿੰਦੀ ਉਹਨੂੰ ਮਨਾਇਆ ਵੀ ਕਹਿੰਦੀ ਉਹ ਸਾਨੂੰ ਸ਼ਹੀਦਾਂ ਸਾਹਿਬ ਲੈ ਕੇ ਗਿਆ ਅੰਮ੍ਰਿਤਸਰ ਸਾਹਿਬ, ਅਤੇ ਮੇਰੇ ਤੋਂ ਮਤਲਬ ਲਾਈਨ ਦੇ ਵਿੱਚ ਖੜ੍ਹੀ ਹੋ ਕੇ ਗੁਰੂ ਰਾਮਦਾਸ ਜੀ ਦੇ ਦਰ 'ਤੇ ਮੱਥਾ ਨਹੀਂ ਟੇਕਿਆ ਗਿਆ, ਮੈਂ ਪਰਿਕਰਮਾ ਦੇ ਵਿੱਚ ਬਹਿ ਕੇ ਅਰਦਾਸ ਕੀਤੀ ਅਤੇ ਉੱਥੇ ਬਹਿ ਕੇ ਕੀਰਤਨ ਸੁਣਿਆ।
ਤੇ ਉਸ ਤੋਂ ਬਾਅਦ ਕਹਿੰਦੇ ਸੀ ਸ਼ਹੀਦਾਂ ਸਾਹਿਬ ਚਲੇ ਗਏ। ਉੱਥੇ ਜਾ ਕੇ ਐਤਵਾਰ ਨਹੀਂ ਸੀਗਾ, ਕੋਈ ਹੋਰ ਦਿਨ ਸੀ ਤਾਂ ਕਰਕੇ ਵੀ ਜ਼ਿਆਦਾ ਸੰਗਤ ਨਹੀਂ ਸੀਗੀ। ਅਤੇ ਠੀਕ, ਚਲੋ ਕੁਛ ਟਾਈਮ ਦੇ ਵਿੱਚ ਅਸੀਂ ਉੱਥੇ ਮੱਥਾ ਟੇਕ ਕੇ ਉੱਥੇ ਬੈਠੇ, ਅਰਦਾਸ ਕੀਤੀ ਵੀ ਵਾਹਿਗੁਰੂ ਤੰਦਰੁਸਤੀ ਦੇ ਦੇ, ਹੋਰ ਕੁਛ ਵੀ ਨਹੀਂ ਚਾਹੀਦਾ। ਅਤੇ ਕਹਿੰਦੇ ਵੀ ਮੈਂ ਫਿਰ ਘਰੇ ਪਾਠ ਕਰਨੇ ਸ਼ੁਰੂ ਕਰਤੇ। ਚੁਪਹਿਰਾ ਸਾਹਿਬ ਨਹੀਂ ਸੀ ਕੱਟ ਸਕਦੀ ਕਿਉਂਕਿ ਇੰਨਾ ਟਾਈਮ ਨਹੀਂ ਸੀ ਬੈਠਿਆ ਜਾਂਦਾ ਮੇਰੇ ਤੋਂ, ਮੇਰੀ ਢੂਹੀ ਦੀ ਪ੍ਰੋਬਲਮ ਸੀਗੀ। ਅਤੇ ਉਹ ਭੈਣ ਦੱਸਦੇ ਆ ਵੀ ਮੈਂ ਨਿਤਨੇਮ ਸਾਹਿਬ ਕਰਨਾ, ਉਦੋਂ ਬਾਅਦ ਦਿਨ ਦੇ ਵਿੱਚ ਜਦੋਂ ਮੈਂ ਥੋੜ੍ਹਾ ਜਿਹਾ ਠੀਕ ਫੀਲ ਕਰਨਾ ਤਾਂ ਮੈਂ ਬੈਠ ਕੇ ਸੁਖਮਨੀ ਸਾਹਿਬ ਦਾ ਪਾਠ ਕਰਨਾ। ਵੀ ਮੈਂ ਮਤਲਬ ਹਾਫ ਹਾਫ ਕਰਕੇ ਕਰ ਲੈਂਦੀ ਸੀ, 12-12 ਅਸ਼ਟਪਦੀਆਂ ਕਰਕੇ ਵੀ ਮੈਂ ਕਰ ਲੈਣਾ। ਅਤੇ ਕਹਿੰਦੇ ਵੀ ਮੈਂ ਹੀ ਅਰਦਾਸ ਕਰਨੀ ਵੀ ਵਾਹਿਗੁਰੂ ਹੋਰ ਕੁਛ ਨਹੀਂ ਚਾਹੀਦਾ, ਵੀ ਮੈਨੂੰ ਠੀਕ ਕਰ ਦੇ। ਵੀ ਮੈਂ ਚਲੋ ਸਾਡੇ 'ਚ ਇੱਕ ਜਣਾ ਤਾਂ ਠੀਕ ਹੋਵੇ, ਵੀ ਮੈਂ ਆਪਣੇ ਪਤੀ ਨੂੰ ਸੰਭਾਲਣ ਜੋਗੀ ਤਾਂ ਆਵਾਂ, ਵੀ ਸਾਡੇ ਤਾਂ ਬਹੁਤ ਬੁਰਾ ਹਾਲ ਹੋ ਰਿਹਾ, ਵੀ ਕੀ ਕਰੀਏ। ਅਤੇ ਕਹਿੰਦੇ ਹੁਣ ਥੋੜ੍ਹਾ ਫਰਕ ਲੱਗਦਾ ਵੀ ਮੈਨੂੰ, ਹੁਣ ਮੈਂ ਠੀਕ ਲੱਗ ਰਹੀ ਹਾਂ, ਮੈਨੂੰ ਪਾਠ ਕਰਦੇ ਨੂੰ 25 ਦਿਨ ਹੋਏ ਨੇ ਅਤੇ ਕੁਛ ਫਰਕ ਲੱਗ ਰਿਹਾ, ਵੀ ਮੈਂ ਹੁਣ ਥੋੜ੍ਹਾ ਬਹੁਤ ਉੱਠ ਵੀ ਜਾਂਦੀ ਹਾਂ, ਜਿੱਦਾਂ ਮੈਥੋਂ ਬੈਠਿਆ ਨਹੀਂ ਸੀ ਜਾਂਦਾ ਜ਼ਿਆਦਾ ਟਾਈਮ, ਵੀ ਮੈਂ ਹੁਣ ਬੈਠ ਕੇ ਸੁਖਮਨੀ ਸਾਹਿਬ ਦਾ ਪਾਠ ਪੂਰਾ ਇੱਕ ਟਾਈਮ ਬੈਠ ਕੇ ਕਰ ਲੈਂਦੀ ਹਾਂ 24 ਅਸ਼ਟਪਦੀਆਂ। ਅਤੇ ਬਾਕੀ ਕਹਿੰਦੇ ਵੀ ਹੁਣ ਵਾਹਿਗੁਰੂ ਦੀ ਕਿਰਪਾ ਹੋ ਰਹੀ ਹੈ, ਹੌਲੀ ਹੌਲੀ ਠੀਕ ਹੋ ਜਾਵੇ ਸਾਰਾ ਕੁਛ, ਤਾਂ ਅਸੀਂ ਸ਼ਹੀਦਾਂ ਸਾਹਿਬ ਜਾ ਕੇ ਵੀ ਸ਼ੁਕਰਾਨੇ ਦੀ ਅਰਦਾਸ ਕਰਵਾਵਾਂਗੇ। ਅਤੇ ਫਰਕ ਕਾਫੀ ਲੱਗ ਰਿਹਾ ਹੈ, ਇਸ ਕਰਕੇ ਵੀ ਆਪਾਂ ਨੂੰ ਕਿਸੇ ਨਾਲ ਬੁਰੇ ਕਰਮ ਨਹੀਂ ਕਰਨੇ ਚਾਹੀਦੇ, ਉਹਦਾ ਫਲ ਹੈ ਜਿਹੜਾ ਜ਼ਰੂਰ ਮਿਲਦਾ। ਸੱਚ ਹੀ ਕਹਿੰਦੇ ਨੇ ਵੀ ਜਿਹੋ ਜਿਹਾ ਆਪਾਂ ਬੀਜਾਂਗੇ ਉਹੋ ਜਿਹਾ ਵੱਢਣਾ ਹੀ ਪੈਂਦਾ ਹੈ, ਇਹ ਸੱਚਾਈ ਹੈ। ਤਾਂ ਸਾਰੀਆਂ ਸੱਸਾਂ ਨੂੰ ਵੀ ਇਹੀ ਮੇਰੀ ਰਿਕੁਐਸਟ ਹੈ ਵੀ ਜੇ ਤੁਸੀਂ ਆਪਣੀਆਂ ਨੂੰਹਾਂ ਨੂੰ ਮਤਲਬ ਕੁਛ ਵਧੀਆ ਨਹੀਂ ਕਹਿ ਸਕਦੀਆਂ ਹੈਗੀਆਂ ਤਾਂ ਉਹਨਾਂ ਨੂੰ ਮਾੜਾ ਵੀ ਨਾ ਕਹੋ। ਅਤੇ ਸਾਰੀਆਂ ਨੂੰਹਾਂ ਨੂੰ ਵੀ ਇਹ ਮੇਰੀ ਇੱਕ ਬੇਨਤੀ ਹੈ ਵੀ ਤੁਸੀਂ ਵੀ ਆਪਣੀਆਂ ਭਾਈ ਸੱਸਾਂ ਦੀ ਸੇਵਾ ਕਰੋ। ਅਤੇ ਬਾਕੀ ਚਲੋ ਸਾਰਿਆਂ ਦੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਖੇੜੇ ਵਾਹਿਗੁਰੂ ਬਖਸ਼ਣ। ਅਤੇ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਸਾਰਿਆਂ ਦੇ ਪਰਿਵਾਰਾਂ 'ਤੇ ਆਪਣੀ ਮਿਹਰ ਬਣਾਈ ਰੱਖਣ ਅਤੇ ਖੁਸ਼ੀਆਂ ਝੋਲੀਆਂ ਦੇ ਵਿੱਚ ਪਾਉਣ। ਅਤੇ ਬਾਕੀ ਉਹ ਭੈਣ ਚਲੋ ਜਲਦੀ ਠੀਕ ਹੋ ਜਾਣ, ਬਿਲਕੁਲ ਕਾਫੀ ਫਰਕ ਉਹਨਾਂ ਨੂੰ ਲੱਗ ਰਿਹਾ ਸਿਰਫ 25 ਦਿਨਾਂ ਦੇ ਵਿੱਚ। ਉਹ ਕਹਿੰਦੇ ਵੀ ਜਦੋਂ ਡਾਕਟਰਾਂ ਦੀ ਦਵਾਈ ਵੀ ਨਹੀਂ ਸੀ ਲੱਗ ਰਹੀ, ਵੀ ਚਲੋ ਫਿਰ ਵੀ ਮੈਨੂੰ ਕਾਫੀ ਫਰਕ ਲੱਗ ਰਿਹਾ, ਹੁਣ ਮੈਂ ਬੈਠ ਵੀ ਜਾਂਦੀ ਹਾਂ ਤੁਰ ਫਿਰ ਵੀ ਠੀਕ ਲੈਂਦੀ ਹਾਂ, ਵੀ ਮੈਨੂੰ ਪਹਿਲਾਂ ਜਿੰਨੀ ਪ੍ਰੋਬਲਮ ਨਹੀਂ ਹੈਗੀ ਹੁਣ, ਅਤੇ ਥੋੜ੍ਹਾ ਬਹੁਤ ਕੰਮ ਕਾਰ ਮੈਂ ਕਰ ਲੈਂਦੀ ਹਾਂ, ਵੀ ਹੌਲੀ ਹੌਲੀ ਮੈਨੂੰ ਲੱਗਦਾ ਵੀ ਇਹ ਸਾਰੀ ਪ੍ਰੋਬਲਮ ਹਟ ਜੂਗੀ। ਅਤੇ ਹੋਰ ਵੀ ਉਹ ਭੈਣ ਹੁਣ ਘਰ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਨਾਮ ਦੀ ਜੋਤ ਜਗਾਉਂਦੇ ਨੇ, ਅਤੇ ਉਹਦੇ ਵਿੱਚੋਂ ਜਿਹੜਾ ਕਿ ਉਹ ਹੈ ਉਹ ਲੈ ਕੇ ਆਪਣੀ ਢੂਹੀ 'ਤੇ ਮਾਲਿਸ਼ ਕਰਦੇ ਨੇ। ਅਤੇ ਬਾਕੀ ਉਹ ਕਹਿੰਦੇ ਵੀ ਸਾਨੂੰ ਕਾਫੀ ਫਰਕ ਹੈ, 50% ਫਰਕ ਪੈ ਚੁੱਕਿਆ, 50% ਪੈ ਜਾਣਾ ਮਹੀਨੇ ਦੇ ਵਿੱਚ, ਵਾਹਿਗੁਰੂ ਸਾਰਿਆਂ ਦੀਆਂ ਅਰਦਾਸਾਂ ਜ਼ਰੂਰ ਪੂਰੀਆਂ ਕਰਦੇ ਨੇ। ਅਤੇ ਆਪਾਂ ਨੂੰ ਵੀ ਵਿਸ਼ਵਾਸ ਭਰੋਸਾ ਬਣਾ ਕੇ ਰੱਖਣਾ ਚਾਹੀਦਾ ਗਾ, ਅਤੇ ਜੇ ਕੋਈ ਵੀ ਪ੍ਰੋਬਲਮ ਸਮੱਸਿਆ ਆਪਾਂ ਨੂੰ ਆਉਂਦੀ ਹੈ ਤਾਂ ਗੁਰੂ ਦਾ ਸਹਾਰਾ ਜ਼ਰੂਰ ਲੈਣਾ ਚਾਹੀਦਾ, ਕਿਉਂਕਿ ਜਿੱਥੇ ਕੋਈ ਵੀ ਦਵਾਈ ਕੁਛ ਵੀ ਕੰਮ ਨਹੀਂ ਆਉਂਦਾ ਉੱਥੇ ਗੁਰੂ ਦੇ ਅੱਗੇ ਕੀਤੀ ਹੋਈ ਅਰਦਾਸ ਅਤੇ ਬੜੀ ਹੋਈ ਗੁਰਬਾਣੀ ਜ਼ਰੂਰ ਕੰਮ ਆਉਂਦੀ ਆ। ਅਤੇ ਬਾਕੀ ਜੀ ਸਾਰੀ ਵੀਡੀਓ ਦੇ ਵਿੱਚ ਜੇ ਮੇਰੇ ਤੋਂ ਕੋਈ ਗਲਤੀ ਹੋ ਗਈ ਹੋਵੇ ਤਾਂ ਮੈਨੂੰ ਮਾਫ਼ ਕਰ ਦਿਓ। ਹੁਣ ਆਪਾਂ ਅਗਲੀ ਵੀਡੀਓ ਦੇ ਵਿੱਚ ਮਿਲਾਂਗੇ, ਤੁਸੀਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਅਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।